ਪੰਜਾਬ ਵਿੱਚ ਕਾਂਗਰਸ ਵੱਲੋਂ ਕਿਸਾਨ ਕਰਜ਼ਾ ਮੁਕਤੀ ਦੇ ਦਾਅਵੇ ਕਰਦਿਆਂ 2017 ਵਿੱਚ ਫਰਵਰੀ ਵਿੱਚ ਪਈਆਂ ਵੋਟਾਂ ਵਿੱਚ ਬਹੁਮਤ ਹਾਸਲ ਕੀਤਾ ਗਿਆ ਸੀ, ਪਰ ਸਰਕਾਰ ਬਣਨ ਮਗਰੋਂ ਕਰਜ਼ਾ ਮਾਫੀ ਦੇ ਵਾਅਦੇ ਹਵਾ ਹੋਏ ਨਜ਼ਰ ਆ ਰਹੇ ਨੇ। ਸੂਬੇ ਵਿੱਚ ਨਿਤ ਹੁੰਦੀਆਂ ਕਿਸਾਨ ਖੁਦਕੁਸ਼ੀਆਂ ਸਰਕਾਰੀ ਨਿਜ਼ਾਮ ਤੇ ਵੱਡੇ ਸਵਾਲੇ ਨਿਸ਼ਾਨ ਲਗਾ ਰਹੀ ਹੈ। ਤਾਜ਼ਾ ਮਾਮਲਾ ਹੈ ਬਠਿੰਡਾ ਜ਼ਿਲ੍ਹੇ ਦੇ ਪਿੰਡ ਲਹਿਰਾ ਖਾਨਾ ਦਾ, ਜਿੱਥੇ ਜਗਜੀਤ ਸਿੰਘ ਨਾਮ ਦੇ ਕਿਸਾਨ ਦੇ ਕਰਜ਼ੇ ਦੇ ਬੋਝ ਤੋਂ ਤੰਗ ਹੋ ਕੇ ਮੌਤ ਨੂੰ ਗਲ ਲਗਾ ਲਿਆ। ਜਗਜੀਤ ਸਿੰਘ ਦੇ ਸਿਰ ਤਕਰੀਬਨ 6 ਲੱਖ ਤੋਂ ਵੱਧ ਦਾ ਕਰਜ਼ਾ ਸੀ, ਜੋ ਉਸਨੇ ਕੋਆਪਰੇਟਿਵ ਸੁਸਾਇਟੀ, ਬੈਂਕ ਅਤੇ ਹੋਰ ਆਰਤੀਆਂ ਤੋਂ ਲਿਆ ਸੀ, ਪਰ ਆਰਥਿਕ ਹਾਲਾਤ ਦੀ ਤੰਗੀ ਦੇ ਮੱਦੇਨਜ਼ਰ ਉਸ ਸਮੇਂ ਸਿਰ ਕਰਜ਼ਾ ਨਾ ਮੋੜ ਸਕਿਆ। ਇਸ ਦੀ ਪਰੇਸ਼ਾਨੀ ਤੋਂ ਨਿਜ਼ਾਦ ਪਾਉਣ ਲਈ ਕਿਸਾਨ ਨੇ ਰੇਲ ਗੱਡੀ ਹੇਠਾਂ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਕਿਸਾਨ ਦੀ ਮੌਤ ਤੋਂ ਬਾਅਦ ਕਿਸਾਨ ਯੂਨੀਅਨ ਦੇ ਅਹੁਦੇਦਾਰਾਂ ਨੇ ਮੌਕੇ ਤੇ ਪਹੁੰਚ ਕੀਤੀ ਅਤੇ ਕਿਸਾਨ ਦੇ ਪਰਿਵਾਰ ਨਾਲ ਸਰਕਾਰ ਤੋਂ ਵਿੱਤੀ ਸਹਾਇਤਾ ਦੀ ਗੁਜ਼ਾਰਿਸ਼ ਕੀਤੀ ਹੈ।